ਮੋਗਾ ਵਿੱਚ ਪੁਲਿਸ ਮੁਲਾਜ਼ਮ ਤੇ ਹਮਲਾ ਕਰਕੇ ਉਸਦਾ ਸਰਕਾਰੀ ਅਸਲਾ ਖੋਣ ਵਾਲੇ ਮੁਲਜ਼ਮ ਦਬੋਚੇ ਗਏ ਨੇ। ਵਾਰਦਾਤ ਨੂੰ 4 ਮੁਲਜ਼ਮਾਂ ਨੇ ਅੰਜਾਮ ਦਿੱਤਾ ਸੀ, ਜਿਨ੍ਹਾਂ ਦੇ ਵਿੱਚੋਂ 2 ਦੀ ਗ੍ਰਿਫਤਾਰੀ ਹੋ ਗਈ ਹੈ ਤੇ ਸਰਕਾਰੀ ਅਸਲਾ ਵੀ ਬਰਾਮਦ ਕਰ ਲਿਆ ਗਿਆ ਹੈ। ਹਾਲਾਂਕਿ ਮੁਲਜ਼ਮਾਂ ਦੇ 2 ਸਾਥੀ ਅਜੇ ਵੀ ਫਰਾਰ ਨੇ, ਜਿਨ੍ਹਾਂ ਦੀ ਭਾਲ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਵਾਰਦਾਤ 22 ਦਸੰਬਰ ਦੀ ਰਾਤ ਦੀ ਹੈ। ਮੋਗਾ ਦੇ ਲੋਹਾਰਾ ਚੌਕ ਨੇੜੇ 4 ਲੁਟੇਰਿਆਂ ਨੇ ਹੈੱਡ ਕਾਂਸਟੇਬਲ ਸਤਨਾਮ ਸਿੰਘ ਤੇ ਜਾਨਲੇਵਾ ਹਮਲਾ ਕੀਤਾ ਤੇ ਉਸਦਾ ਸਰਕਾਰੀ ਪਿਸਤੌਲ ਖੋ ਕੇ ਫਰਾਰ ਹੋ ਗਏ। ਇੰਨਾ ਹੀ ਨਹੀਂ, ਪੁਲਿਸ ਮੁਲਾਜ਼ਮ ਤੇ ਜਾਨਲੇਵਾ ਹਮਲਾ ਹੋਇਆ ਸੀ, ਜਿਸ ਕਾਰਨ ਉਸਦੇ 100 ਤੋਂ ਵੱਧ ਟਾਂਕੇ ਲੱਗੇ ਨੇ। ਵਾਰਦਾਤ ਤੋਂ ਬਾਅਦ ਪੁਲਿਸ ਦੇ ਵੱਲੋਂ 4 ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਿਨ੍ਹਾਂ ਦੇ ਵਿੱਚੋਂ 2 ਦੋਸ਼ੀਆਂ ਦੀ ਗ੍ਰਿਫਤਾਰੀ ਹੋ ਗਈ ਹੈ। ਮੁਲਜ਼ਮਾਂ ਦੀ ਪਹਿਚਾਣ ਆਕਾਸ਼ਦੀਪ ਸਿੰਘ ਤੇ ਰਾਜਕੁਮਾਰ ਵਜੋਂ ਹੋਈ ਹੈ, ਜਿਨ੍ਹਾਂ ਦੇ ਕੋਲੋਂ ਸਰਕਾਰੀ ਪਿਸਤੌਲ, 1 ਗੰਡਾ ਸਤੇ 1 ਗੱਡੀ ਬਰਾਮਦ ਹੋਈ ਹੈ। ਹਾਲਾਂਕਿ ਇਹਨਾਂ ਦੇ 2 ਸਾਥੀ ਰੋਹਿਤ ਕੁਮਾਰ ਤੇ ਲਵਪ੍ਰੀਤ ਸਿੰਘ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਨੇ। 4 ਮੁਲਜ਼ਮ ਜੀਰਾ ਦੇ ਦੱਸੇ ਜਾ ਰਹੇ ਨੇ। ਪਰ ਰਾਤ ਨੂੰ ਸੀਨੀਅਰ ਕਾਂਸਟੇਬਲ ਸਤਨਾਮ ਸਿੰਘ, ਜੋ ਕਿ ਕਮਾਲ ਕੇ ਚੌਂਕੀ ਵਿੱਚ ਲੱਗਿਆ ਹੋਇਆ ਹੈ, ਉਹਦੇ ਕੋਲ ਉਹ ਜਾ ਰਿਹਾ ਸੀ ਰਸਤੇ ਦੇ ਵਿੱਚ, ਤਾਂ ਉਹਦੇ ਕੋਲੋਂ ਕੁਝ ਲੋਕਾਂ ਨੇ ਉਹਦੇ ਉੱਪਰ ਅਟੈਕ ਕਰਕੇ, ਇਨੋਵਾ ਗੱਡੀ ਵਿੱਚ ਜਿਹੜੇ ਅਟੈਕਰ ਸੀਗੇ ਉਹ ਆਏ ਅਤੇ ਉਹਨਾਂ ਨੇ ਉਹਦੇ ਉੱਪਰ ਅਟੈਕ ਕਰਕੇ ਉਹਦੇ ਕੋਲੋਂ ਜਿਹੜਾ ਉਹਦਾ ਸਰਕਾਰੀ ਪਿਸਟਲ ਸੀ 9 mm ਬਰਾਊਨਿੰਗ, ਉਹ ਉਹਦੇ ਕੋਲੋਂ ਖੋਲਿਆ ਔਰ ਖੋ ਕੇ ਉਹਨੂੰ ਬੁਰੀ ਤਰ੍ਹਾਂ ਨਾਲ ਇੰਜਰ ਕਰਕੇ ਜਿਹੜਾ ਹੈਗਾ ਉਹ ਚਲੇ ਗਏ, ਜਿਸ ਤੋਂ ਬਾਅਦ ਕਿ ਉਹਨੂੰ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ। ਇਸ ਤੋਂ ਬਾਅਦ ਇੱਕ ਸਪੈਸ਼ਲ ਟੀਮ SPD ਸਾਹਿਬ ਦੀ ਰਹਿਨੁਮਾਈ ਹੇਠ ਬਣਾਈ ਗਈ, ਜਿਹਦੇ ਵਿੱਚ ਕਿ SPD ਸਾਹਿਬ, DSP ਸਾਹਿਬ ਅਤੇ ਇੰਚਾਰਜ ਜਿਹੜੇ ਆਪਣੇ CIA ਹੈਗੇ ਨੇ ਅਤੇ ਨਾਲ ਹੀ ਥਾਣੇ ਦੇ ਜਿਹੜੇ ਮੁਲਾਜ਼ਮ ਹੈਗੇ ਨੇ, ਉਹਨਾਂ ਸਾਰਿਆਂ ਨੇ ਬਹੁਤ ਮਿਹਨਤ ਕਰਕੇ ਟੈਕਨੀਕਲ ਇਨਵੈਸਟੀਗੇਸ਼ਨ ਅਤੇ ਹੋਰ ਇਨਵੈਸਟੀਗੇਸ਼ਨਸ ਦੇ ਕਰਕੇ ਹਿਊਮਨ ਇੰਟੈਲੀਜੈਂਸ ਡਿਵੈਲਪ ਕਰਕੇ ਇਹ ਕੇਸ ਨੂੰ ਸੋਲਵ ਕੀਤਾ ਅਤੇ ਇਹਦੇ ਵਿੱਚ ਹੁਣ ਤੱਕ 4 ਬੰਦੇ ਆਈਡੈਂਟੀਫਾਈ ਕੀਤੇ ਨੇ, ਜਿਨ੍ਹਾਂ ਵਿੱਚੋਂ ਕਿ 2 ਬੰਦੇ ਆਲਰੇਡੀ ਅਰੈਸਟ ਹੋ ਚੁੱਕੇ ਨੇ। ਇਹਨਾਂ 2 ਲੋਕਾਂ ਦੇ ਕੋਲੋਂ ਜਿਹੜੀ ਵਾਰਦਾਤ ਵਿੱਚ ਇਸਤੇਮਾਲ ਕੀਤੀ ਹੋਈ ਇਨੋਵਾ ਗੱਡੀ ਹੈ ਉਹ ਬਰਾਮਦ ਹੋ ਚੁੱਕੀ ਹੈ। ਇਸ ਤੋਂ ਇਲਾਵਾ ਜਿਹੜਾ 9 mm ਦਾ ਪਿਸਟਲ ਸੀਗਾ, ਜਿਹੜਾ ਪੁਲਿਸ ਦਾ ਜਿਹੜਾ ਸਰਕਾਰੀ ਪਿਸਟਲ ਸੀਗਾ, ਉਹ ਵੀ ਹੁਣ ਤੱਕ ਬਰਾਮਦ ਹੋ ਚੁੱਕਾ ਹੈ। 2 ਲੋਕ ਹੋਰ ਇਹਦੇ ਵਿੱਚ ਨਾਮਜ਼ਦ ਕੀਤੇ ਗਏ ਹਨ ਅਤੇ ਜਿਹਦੀ ਛੇਤੀ ਇਹਨਾਂ ਨੂੰ ਵੀ ਫੜਿਆ ਜਾਵੇਗਾ। ਜਿਹੜੇ ਇਹ 2 ਅਕਿਊਜ਼ ਹੈਗੇ ਨੇ, ਇਹਨਾਂ ਦੋਨਾਂ ਨੂੰ ਅੱਜ ਕੋਰਟ ਵਿੱਚ ਪੇਸ਼ ਕਰਕੇ ਅਸੀਂ ਰਿਮਾਂਡ ਲੈ ਕੇ, ਸਾਨੂੰ ਉਮੀਦ ਹੈ ਵੀ ਸਾਨੂੰ ਹੋਰ ਵੀ ਕਾਫੀ ਇਹਦੇ ਵਿੱਚ ਇਨਵੈਸਟੀਗੇਸ਼ਨ ਵਿੱਚ ਸਾਨੂੰ ਤੱਥ ਸਾਹਮਣੇ ਆਉਣਗੇ ਅਤੇ ਆਪਾਂ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਛੇਤੀ ਛੇਤੀ ਇਹਦਾ ਚਲਾਨ ਕੋਰਟ ਦੇ ਵਿੱਚ ਦੇਵਾਂਗੇ। ਸਾਡੀ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਇਹ ਵੈਪਨ ਕਿਤੇ ਹੋਰ ਯੂਜ਼ ਕਰਨਾ ਨਹੀਂ ਪਾਇਆ ਗਿਆ ਹੈ, ਪਰ ਮੈਂ ਜਿਵੇਂ ਆਪ ਜੀ ਨੂੰ ਦੱਸਿਆ ਹੈਗਾ ਵੀ ਆਪਾਂ ਰਿਮਾਂਡ ਲੈ ਕੇ ਹਜੇ ਆਪਾਂ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ, ਇਹਨਾਂ ਨੂੰ ਅਰੈਸਟ ਕੀਤਾ ਹੈਗਾ। ਸਾਨੂੰ ਰਿਮਾਂਡ ਦੇ ਵਿੱਚ ਉਮੀਦ ਹੈ ਵੀ ਅਸੀਂ ਪੂਰਾ ਪੂਰਾ ਮੈਪਿੰਗ ਕਰਾਂਗੇ ਵੀ ਇਹ ਕਿੱਥੇ ਕਿੱਥੇ ਗਏ, ਕਿਵੇਂ ਕਿਵੇਂ ਗਏ, ਕਿੱਥੇ ਕਿੱਥੇ ਵੈਪਨ ਰੱਖਿਆ ਗਿਆ, ਵੈਪਨ ਯੂਜ਼ ਹੋਇਆ ਜਾਂ ਨਹੀਂ ਹੋਇਆ। ਰਾਊਂਡ ਵਾਲੀ ਗੱਲ ਜਿਹੜੀ ਤੁਸੀਂ ਕਹੀ ਉਹ ਸਹੀ ਹੈ, ਆਪਾਂ ਇਨਵੈਸਟੀਗੇਟ ਇਸ ਚੀਜ਼ ਨੂੰ ਹਜੇ ਕਰ ਰਹੇ ਹਾਂ ਵੀ ਰਾਊਂਡ ਮਿਸਿੰਗ ਕਿਉਂ ਹੈਗੇ ਨੇ। ਇਸ ਕਰਕੇ ਇਹ ਪੂਰੀ ਇਨਵੈਸਟੀਗੇਸ਼ਨ ਦਾ ਕਿਉਂਕਿ ਪਾਰਟ ਹੈਗਾ, ਆਪਾਂ ਇਨੀਸ਼ੀਅਲ ਆਪਾਂ ਜਿਹੜੇ ਸਾਡੇ ਵੈਪਨ ਰਿਕਵਰ ਹੋ ਗਿਆ, 2 ਲੋਕ ਫੜੇ ਗਏ ਨੇ, ਬਾਕੀ ਲੋਕ 10 ਰਾਊਂਡ ਸੱਚ ਤੋਂ ਮਿਸਿੰਗ ਹੈ। ਨਹੀਂ, ਇਹਨਾਂ ਦੋਨਾਂ ਦੇ ਉੱਪਰ ਜਿਹੜੇ ਅਕਿਊਜ਼ ਹੁਣ ਤੱਕ ਫੜੇ ਗਏ ਨੇ, ਇਹਨਾਂ ਦੋਨਾਂ ਦੇ ਉੱਪਰ ਕ੍ਰਿਮੀਨਲ ਹਿਸਟਰੀ ਨਹੀਂ ਹੈਗੀ ਹੈ। ਬਸ ਜਿਹੜੇ ਬਾਕੀ ਹੈ ਜੀ, ਇਹ ਖੋ ਦਾ ਕੇਸ ਹੈਗਾ, ਇਹ ਇਹਨਾਂ ਨੇ ਉਸ ਤੋਂ ਪਹਿਲੇ ਸਾਡੇ ਹੁਣ ਤੱਕ ਤਫਤੀਸ਼ ਵਿੱਚ ਆਇਆ ਵੀ ਇਹ ਤੋਂ ਪਹਿਲੇ ਵੀ ਇਹਨਾਂ ਨੇ ਇੱਕ ਥਾਂ ਦੇ ਉੱਪਰ ਮੋਬਾਈਲ ਫੋਨ ਵੀ ਖੋਇਆ ਹੈਗਾ, ਉਹ ਵੀ ਮੁੱਦੇ ਨੂੰ ਅਸੀਂ ਇਹ ਉਸ ਟਾਈਮ ਦੇ ਉੱਪਰ ਜਾ ਰਹੇ ਸੀਗੇ 8:40, ਇਹਨਾਂ ਦਾ ਸ਼ਾਮ ਦਾ ਡਿਊਟੀ ਟਾਈਮ ਸੀਗਾ, ਰਾਤ ਨੂੰ ਉੱਥੇ ਜਾਣਾ ਸੀਗਾ ਡਿਊਟੀ ਦੇ ਉੱਪਰ ਮਿਲ ਗਿਆ। ਜਿਹੜਾ ਇੱਕ ਮੋਬਾਈਲ ਫੋਨ ਵੀ ਖੋਇਆ ਗਿਆ ਸੀ ਉਹ ਵੀ ਮਿਲ ਗਿਆ ਜੀ, ਵੀਵੋ ਦਾ ਮੋਬਾਈਲ ਫੋਨ ਸੀਗਾ ਉਹ ਵੀ ਮਿਲ ਗਿਆ। ਸਰ ਇਨੋਵਾ ਗੱਡੀ ਹੈ ਜਿਹੜੀ, ਇਹਨਾਂ ਦੀ ਆਪਣੀ ਸੀਗੀ ਜਾਂ ਇਹ ਵੀ ਸਾਡੀ ਹਜੇ ਤਫਤੀਸ਼ ਦਾ ਪਾਰਟ ਹੈ ਵੀ ਇਹ ਦਿੱਲੀ ਨੰਬਰ ਦੀ ਇਨੋਵਾ ਗੱਡੀ ਹੈ, ਅਸੀਂ ਇਹਦੀ ਵੈਰੀਫਿਕੇਸ਼ਨ ਕਰ ਰਹੇ ਹਾਂ ਵੀ ਇਹਦੀ ਹਿਸਟਰੀ ਕੀ ਹੈਗੀ ਹੈ ਅਤੇ ਉਹ ਤੋਂ ਸਾਨੂੰ ਉਮੀਦ ਹੈ ਵੀ ਜੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਆਈ ਤਾਂ ਆਪਾਂ ਅਕੋਰਡਿੰਗਲੀ ਇਹਦੀ ਕਾਰਵਾਈ ਕਰਾਂਗੇ। ਇਹ ਜ਼ੀਰਾ ਦਾ ਰਹਿਣ ਵਾਲੇ ਹੈਗੇ ਨੇ ਫਿਰੋਜ਼ਪੁਰ ਦੇ। ਨਹੀਂ, ਇਹਨਾਂ ਦੋਨਾਂ ਦੀ ਪੁਰਾਣੀ ਕ੍ਰਿਮੀਨਲ ਹਿਸਟਰੀ ਹੁਣ ਤੱਕ ਸਾਡੇ ਨੋਟਿਸ ਵਿੱਚ ਨਹੀਂ ਹੈ। ਹਾਂ,
ਹਾਂਜੀ ਉਹਨਾਂ ਦੇ ਉੱਪਰ ਪੁਰਾਣੀ ਕ੍ਰਿਮੀਨਲ ਹਿਸਟਰੀ ਹੈ ਸਤਨਾਮ ਦਾ ਜਿਹੜਾ ਮੋਬਾਈਲ ਸੀਗਾ ਉਹ ਬਰਾਮਦ ਹੋ ਗਿਆ ਲੇਕਿਨ ਜਦੋਂ ਵਾਰਦਾਤ ਤੋਂ ਲੈ ਕੇ ਜਦੋਂ ਤੱਕ ਆਰੋਪੀਆਂ ਦੇ ਕੋਲ ਸੀਗਾ ਉਹਨਾਂ ਨੇ ਉਸ ਮੋਬਾਈਲ ਨੂੰ ਇਸਤੇਮਾਲ ਕੀਤਾ ਕਿਸੇ ਨਹੀਂ ਨਹੀਂ ਉਸ ਟਾਈਮ ਦੇ ਵਿੱਚ ਮੋਬਾਈਲ ਇਸਤੇਮਾਲ ਨ